ਪੰਜਾਬੀ ਰੀਡਰ 68 2020 ਐਡੀਸ਼ਨ ਲੈਸਨ 11 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਪੰਜਾਬ ਦੇ ਬਾਰੇ ਵਿੱਚ ਐਸੇ ਪੜਾਂਗੇ ਚਾਂਸਸ ਇਸ ਆਈਦਰ ਯੂ অর ਯੂਰ ਫੈਮਿਲੀ ਮੈਂਬਰਸ ਆਰ ਬੋਰਨ ਇਨ ਪੰਜਾਬ ਸਟੇਟ ਆਫ ਪੰਜਾਬ ਸੋ ਥਿਸ ਇਸ ਦ ਸਟੇਟ ਆਫ ਪੰਜਾਬ ਮੈਪ ਇਹਦੇ ਵਿੱਚ ਕੁਝ ਡਿਫਿਕਲਟ ਸ਼ਬਦ ਨੇ ਕੱਚੀਆਂ ਨਲਕੇ ਦਾ ਪਾਣੀ ਰਾਜਧਾਨੀ ਨਕਸ਼ਾ ਇਸ ਨਾਲ ਪ੍ਰਵਾਹ ਕਰਨੀ ਟਿਕਾਣੇ ਤੇ ਮੌਨਸੂਨ ਪ੍ਰਕਾਸ਼ ਹੋਇਆ ਧੁੰਦ ਧੁੰਦ ਕੈਨ ਬੀ ਰਿਟਨ ਟੂ ਵੇਸ देयर ਕੈਨ ਬੀ ਦਦਾ ਹੀਰ অর ਤਦਾ ਹੀਰ ਹੱਦ ਮਸ਼ਹੂਰ ਮਿਸਾਲ ਖੇਤੀ ਇਤਿਹਾਸ ਪ੍ਰਦੂਸ਼ਣ ਸੌਂਸ ਲਾਈਕ ਪੋਲਿਊਸ਼ਨ ਹਿਮਕਰਮਾਸਮ ਪੋਸਟ ਵਿంటర్ ਇਹ ਪੰਜਾਬ ਦਾ ਨਕਸ਼ਾ ਹੈ ਵੱਡੇ ਸ਼ਹਿਰਾਂ ਦੇ ਨਾਮ ਪੜੋ ਐਂਡ ਹੇਅਰ ਆਰ ਦਾ ਨੇਮਸ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਦਿਸ ਵਨ ਇਜ਼ i can read firozpur ludhiana rupnagar chandigarh friidkot moga fatehgarh sab muktsar bhitinda sangrur patiala and mansa i can't read for some reason maybe hopefully you can read it punjab di tarti bahut khaas <laughs> hai ਦੁਨੀਆ ਦਾ ਸਭ ਤੋਂ ਪੁਰਾਣਾ ਵੇਦ ਰਿਗਵੇਦ ਇਸ ਧਰਤੀ ਤੇ ਲਿਖਿਆ ਗਿਆ ਇਸ ਧਰਤੀ ਤੇ ਸਿੱਖਾਂ ਦੇ ਨੌ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ ਸਿਰਫ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਬਾਹਰ ਪਟਨਾ ਸਾਹਿਬ ਵਿੱਚ ਜਨਮੇ ਸਨ ਦਸਾਂ ਵਿੱਚੋਂ ਸੱਤ ਗੁਰੂ ਸਹਿਬਾਨ ਇਸ ਧਰਤੀ ਤੇ ਜੋਤੀ ਜੋਤ ਸਮਾਏ ਇਹ ਸਟੇਟ 1968 ਵਿੱਚ ਬਣੀ ਪੰਜਾਬ ਕੈਲੀਫੋਰਨੀਆ ਨਾਲੋਂ 20 ਗੁਣਾ ਛੋਟੀ ਸਟੇਟ ਹੈ 20 times smaller than california ਪੰਜਾਬ ਵਿੱਚ 36 ਮਿਲੀਅਨ ਲੋਕ ਰਹਿੰਦੇ ਹਨ ਯੂ نو ਕੈਲੀਫੋਰਨੀਆ ਆਈ ਥਿੰਕ ਵੀ ਹੈਵ ਵਰ 39 ਮਿਲੀਅਨ ਪੀਪਲ ਹੇਅਰ ਪੰਜਾਬ ਵਿੱਚ 12278 ਪਿੰਡ ਹਨ ਪੰਜਾਬ ਵਿੱਚ 70 ਫੀਸਦੀ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਪਿੰਡਾਂ ਵਿੱਚ ਖੇਤ ਹੁੰਦੇ ਹਨ ਅਤੇ ਪਿੰਡਾਂ ਦੇ ਬਹੁਤੇ ਲੋਕ ਕਿਸਾਨ ਹਨ ਕਿਸਾਨ ਖੇਤੀ ਕਰਦੇ ਹਨ ਉੱਪਰ ਨਕਸ਼ੇ ਵਿੱਚ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਨਾਮ ਲਿਖੇ ਹਨ ਪੰਜਾਬ ਵਿੱਚ 16 ਵੱਡੇ ਸ਼ਹਿਰ ਹਨ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਹੈ ਚੰਡੀਗੜ੍ਹ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੀ ਰਾਜਧਾਨੀ ਵੀ ਹੈ ਸਿੱਖਾਂ ਦਾ ਸਭ ਤੋਂ ਮਸ਼ਹੂਰ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਹੈ ਅੰਮ੍ਰਿਤਸਰ ਸ਼ਹਿਰ ਦੀ ਹਰ ਸ਼ਹਿਰ ਦੀ ਹੱਦ ਪਾਕਿਸਤਾਨ ਦੇਸ਼ ਨਾਲ ਲੱਗਦੀ ਹੈ ਲੈਟਸ ਲੁੱਕ ਐਟ ਥਿਸ ਸੋ ਹੇਅਰ ਇਜ਼ ਅੰਮ੍ਰਿਤਸਰ ਥਿਸ ਵਨ ਐਂਡ ਹੇਅਰ ਇਜ਼ ਅ ਬਾਰਡਰ ਐਂਡ ਹੇਅਰ ਇਜ਼ ਪਾਕਿਸਤਾਨ ਔਨ ਥਿਸ ਸਾਈਡ ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਪੰਜਾਬੀ ਬੋਲੀ ਗੁਰਮੁਖੀ ਲਿਪੀ ਜਾਂ ਅੱਖਰਾਂ ਵਿੱਚ ਲਿਖੀ ਜਾਂਦੀ ਹੈ ਪੰਜਾਬੀ ਬੋਲੀ ਦਾ ਹਰ ਅੱਖਰ ਸਿਰਫ ਇੱਕ ਹੀ ਆਵਾਜ਼ ਕਰਦਾ ਹੈ। ਪੰਜਾਬ ਵਿੱਚ ਬਹੁਤ ਚੰਗੇ ਕਾਲਜ ਹਨ ਜਿਵੇਂ ਕਿ ਪਟਿਆਲੇ ਦਾ ਮੈਡੀਕਲ ਕਾਲਜ, ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ, ਥਾਪਰ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ। ਇਨ੍ਹਾਂ ਕਾਲਜਾਂ ਤੋਂ ਪੜ੍ਹ ਕੇ ਬਹੁਤ ਲੋਕ ਅਮਰੀਕਾ ਅਤੇ ਕੈਨੇਡਾ ਵਿੱਚ ਕੰਮ ਕਰਦੇ ਹਨ। ਮੇਕ ਸ਼ੁਰ ਯੂ ਆਸਕ ਯਰ ਪੇਰੈਂਟਸ ਵਿਚ ਕਾਲਜ ਦੇ ਆਰ ਫਰਮ ਇਨ ਇੰਡੀਆ। if they went to college in india ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਹਾਲਤ ਖਰਾਬ ਹੋ ਗਈ ਹੈ ਉੱਥੇ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ ਉੱਥੇ ਮੱਛਰ ਮੱਖੀਆਂ ਵੀ ਬਹੁਤ ਹਨ ਉੱਥੇ ਦਾ ਪਾਣੀ ਵੀ ਗੰਦਾ ਹੋ ਗਿਆ ਹੈ ਉਸ ਪਾਣੀ ਵਿੱਚ ਜਰਮ ਹੁੰਦੇ ਹਨ ਜੋ ਸਾਨੂੰ ਬਿਮਾਰ ਕਰ ਦਿੰਦੇ ਹਨ ਜਦ ਅਮਰੀਕਾ ਜਾਂ ਕੈਨੇਡਾ ਰਹਿਣ ਵਾਲੇ ਲੋਕ ਪੰਜਾਬ ਜਾਂਦੇ ਹਨ ਤਾਂ ਉੱਥੇ ਦਾ ਪਾਣੀ ਪੀ ਕੇ ਬਿਮਾਰ ਹੋ ਜਾਂਦੇ ਹਨ ਇਸ ਲਈ ਸਾਨੂੰ ਉੱਥੇ ਜਾ ਕੇ ਨਾ ਤਾਂ ਨਲਕੇ ਦਾ ਪਾਣੀ ਪੀਣਾ ਚਾਹੀਦਾ ਹੈ ਤੇ ਨਾ ਹੀ ਕੱਚੀਆਂ ਸਬਜ਼ੀਆਂ ਜਾਂ ਸਲਾਦ ਖਾਣਾ ਚਾਹੀਦਾ ਹੈ ਓਕੇ ਯੂ ਬੀ ਕੇਅਰਫੁਲ ਇਫ ਯੂ ਗੋ ਟੂ ਇੰਡੀਆ ਫਿਰ ਵੀ ਪੰਜਾਬ ਜਾ ਕੇ ਬਹੁਤ ਚੰਗਾ ਲੱਗਦਾ ਹੈ ਉੱਥੋਂ ਦੇ ਖਾਣੇ ਵਿੱਚ ਵੱਖਰੀ ਹੀ ਖੁਸ਼ਬੂ ਹੈ ਉੱਥੋਂ ਦੇ ਲੋਕਾਂ ਵਿੱਚ ਵੱਖਰਾ ਹੀ ਪਿਆਰ ਹੈ ਉੱਥੋਂ ਦੇ ਹਰੇ ਭਰੇ ਖੇਤ ਵੇਖ ਕੇ ਮਨ ਖੁਸ਼ ਹੁੰਦਾ ਹੈ ਉਥੋਂ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਸਿੱਖ ਇਤਿਹਾਸ ਯਾਦ ਆਉਂਦਾ ਹੈ ਤਿਉਹਾਰ ਦੇ ਸਮੇਂ ਪੰਜਾਬ ਵਿੱਚ ਲੋਕ ਘਰਾਂ ਨੂੰ ਸਜਾਉਂਦੇ ਹਨ ਗੁਰਦੁਆਰਿਆਂ ਵਿੱਚ ਖਾਸ ਪ੍ਰੋਗਰਾਮ ਹੁੰਦੇ ਹਨ ਮਠਾਈਆਂ ਦੀਆਂ ਦੁਕਾਨਾਂ ਸਜਾਈਆਂ ਜਾਂਦੀਆਂ ਹਨ ਪਟਾਕੇ ਚਲਾਏ ਜਾਂਦੇ ਹਨ ਲੋਕ ਤਿਉਹਾਰ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ ਅਮਰੀਕਾ ਕੈਨੇਡਾ ਕੈਨੇਡਾ ਵਿੱਚ ਸਾਨੂੰ So here is the essay with 423 words, and you shouldn't take more than six or seven minutes to read. Make sure you read again before you answer these questions. Take so here's multiple choice. Here you're connecting them. Here you're writing the answers. And um, here is one journal topic. Uh, make sure you. Um, talk about your your trip to punjab um and right over here and on one day veer varnu no timer set karke e lekh pado kinne minute lagge tonu theek hai and that's the lesson for today and we will meet again in the next lesson until then vahiguru ji ka khalsa vahiguru ji ki fateh